Hello, students. Let's start the practice of an unseen passage. First of all, your first step should be to read the passage line by line carefully and try to understand it. So, see the passage Habit of idleness once firmly fixed cannot be suddenly off i will make you understand by translating all these lines in punjabi so let's start habit of idleness aadat randi ek pak jaandi firmly fixed cannot be suddenly off jaandi nahi hai the man who has wasted the precious hour of life's seed time finds that he cannot reap a harvest in life's autumn agar line nu ek bari padan te clear nahi hunda meaning oda to onu dobara tusi pad sakde ha o insaan jo ki apne precious hours of life apne zindagi da keemti samay जो कि सीड टाइम होंगे सीड टाइम का मतलब है काम कर बीज बीजन का समय अगर वो वेस्ट कर रहा है ही कैन नॉट रीप अ हारवेस्ट फिर वो फसल किमें कटेगा अगर उसने बीजा ही कुछ नहीं है तो फिर वो कटेगा कि इन लाइफ़ ऑटम लाइवस आटम एक फ्रेज़ है जिदा मतलब है जिंदगी पतझड़ इत जो लिटरेचर की गल आप करते हैं तो ऑटम सीजन ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਿਹਦੇ ਵਿੱਚ ਪੱਤੇ ਛੱਡਦੇ ਆ ਔਰ ਇਹ ਸੀਜ਼ਨ ਸਮਰ ਤੋਂ ਬਾਅਦ ਆਂਦਾ ਹੈ ਵਿੰਟਰ ਤੋਂ ਪਹਿਲੇ ਆਂਦਾ ਹੈ ਤੇ ਸਮਰ ਨੂੰ ਕਿਸ ਚੀਜ਼ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਲਿਟਰੇਚਰ ਦੇ ਵਿੱਚ ਹਾਰਡਵਰਕ ਦੇ ਨਾਲ ਕਿ ਅਸੀਂ ਬਹੁਤ ਸਾਰਾ ਹਾਰਡਵਰਕ ਕਰਦੇ ਆ ਔਰ ਫਿਰ ਆਟਮ ਦੇ ਵਿੱਚ ਵਿਲੇ ਹੋ ਜਾਂਦੇ ਆ ਕੋਈ ਸਾਨੂੰ ਕੰਮ ਕੰਮ ਨਹੀਂ ਹੁੰਦਾ ਜ਼ਿੰਦਗੀ ਦਾ ਸਾਡਾ ਅਖੀਰ ਹੈ ਲਾਸਟ ਆਰਸ ਲਾਸਟ ਟਾਈਮ ਆਫ आवर ਲਾਈਫ ਇਸ कॉल्ड ਲਾਈਫਸ ਆਟਮ ਜ਼ਿੰਦਗੀ ਦਾ ਅਖੀਰ ਸਮਾਂ ਜਿਸ ਟਾਈਮ ਅਸੀਂ ਮਿਹਨਤ ਨਹੀਂ ਕਰ ਸਕਦੇ ਆ ਉਸ ਟਾਈਮ ਫਿਰ ਫਸਲ ਕਿਵੇਂ ਕਟਣੀ ਹੈ ਅਗਰ ਤੁਸੀਂ ਆਪਣੇ ਜ਼ਿੰਦਗੀ ਦੇ ਉਸ ਟਾਈਮ ਦੇ ਵਿੱਚ ਕੋਈ ਬੀਜ ਨਹੀਂ ਬੀਜਿਆ ਜਦੋਂ ਕਿ ਤੁਹਾਡੇ ਵਿੱਚ ਹਿੰਮਤ ਸੀ ਲਾਸਟ ਵੈਲਥ ਬਹੁਤ ਹੀ ਅੱਛੀ ਚੀਜ਼ ਇੱਥੇ ਲਿਖੀ ਹੈ lost wealth may be replaced by industry lost knowledge by self study lost health by temperance or medicine but lost time is gone forever ਅਗਰ ਸਿਹਤ ਸਾਡੇ ਕੋਲੋਂ ਪੈਸਾ ਚਲਾ ਜਾਂਦਾ ਹੈ ਵੈਲਥ ਪੂੰਜੀ ਚਲੀ ਜਾਂਦੀ ਹੈ ਸੰਪਤੀ ਚਲੀ ਜਾਂਦੀ ਹੈ ਤਾਂ ਦੌਲਤ ਚਲੀ ਜਾਂਦੀ ਹੈ ਤੇ ਉਸ ਤੋਂ ਉਹਨੂੰ ਕਿਸ ਤਰ੍ਹਾਂ ਰਿਪਲੇਸ ਕੀਤਾ ਜਾ ਸਕਦਾ ਹੈ ਇੰਡਸਟਰੀ ਇੰਡਸਟਰੀ ਦਾ मीनिंग ਇੱਥੇ ਹੈ ਹਾਰਡਵਰਕ ਮਿਹਨਤ ਕਰਕੇ ਪੈਸਾ ਦੁਬਾਰਾ ਕਮਾਇਆ ਜਾ ਸਕਦਾ ਹੈ ਲੌਸਟ ਨੋਲੇਜ ਬਾਈ ਸਟਡੀ ਅਗਰ ਅਸੀਂ ਕੁਝ ਭੁੱਲ ਗਏ ਆਂ ਤੇ ਦੁਬਾਰਾ ਪੜ੍ਹ ਕੇ ਉਸ ਨੋਲੇਜ ਨੂੰ ਗੇਨ ਕਰ ਸਕਦੇ ਆਂ ਲੌਸਟ ਹੈਲਥ ਅਗਰ ਸਿਹਤ ਸਾਡੀ ਚਲੀ ਗਈ ਹੈ ਜਾਂ ਅਸੀਂ ਬਿਮਾਰ ਹੋ ਗਏ ਆਂ ਤੇ ਫਿਰ ਅਸੀਂ ਮੈਡੀਸਨ ਨੂੰ ਯੂਜ਼ ਕਰਕੇ ਟ੍ਰੀਟਮੈਂਟ ਨੂੰ ਯੂਜ਼ ਕਰਕੇ ਆਪਣੀ ਸਿਹਤ ਵਾਪਸ ਲੈ ਸਕਦੇ ਆਂ ਬਟ ਲੌਸਟ ਟਾਈਮ ਇਜ਼ ਗੋਨ ਫੋਰਐਵਰ ਅਗਰ ਸਮਾਂ ਇੱਕ ਵਾਰੀ ਚਲਾ ਗਿਆ ਹੱਥੋਂ ਨਿਕਲ ਗਿਆ ਤੇ ਉਹ ਕਿਸੇ ਵੀ ਤਰ੍ਹਾਂ ਦੁਬਾਰਾ ਵਾਪਸ ਨਹੀਂ ਆ ਸਕਦਾ ਇਨ ਦਾ ਲੌਂਗ ਲਿਸਟ ਆਫ ਐਕਸਕਿਊਜ਼ਸ ਐਕਸਕਿਊਜ਼ਸ ਮੀਨਸ ਬਹਾਨੇ ਹੁੰਦੇ ਆ ਬਹੁਤ ਲੰਬੀ ਲਿਸਟ ਹੁੰਦੀ ਹੈ ਬਹਾਨਿਆਂ ਦੀ ਫॉर ਨੈਗਲੈਕਟ ਆਫ ਡਿਊਟੀ ਅਸੀਂ ਅਗਰ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਫਿਰ ਸਾਡੇ ਲਈ ਬਹੁਤ ਜ਼ਿਆਦਾ ਬਹਾਨਿਆਂ ਦੀ ਇੱਕ ਲਿਸਟ ਬਣੀ ਹੈ ਜਿਹਦੇ ਵਿੱਚੋਂ ਅਸੀਂ ਕੋਈ ਵੀ ਬਹਾਨਾ ਮਾਰ ਕੇ ਆਪਣੀ ਡਿਊਟੀ ਤੋਂ Neg negligence apni duty to laaparwahi vart sakde hain there is none which drops of nerve from men's lips on which is founded more of self delusion than the want of leisure leisure means khali samay hunda apne aap nu vele rakhn vaste assi oh gallan bolde self delusion da meaning agar dekha jaye te believe that is not true ਅਸੀਂ ਆਪਣੇ ਲਈ ਇੱਕ ਬਲੀਫ ਬਣਾਇਆ ਇੱਕ ਵਿਸ਼ਵਾਸ ਬਣਾਇਆ ਜੋ ਕਿ ਅਸਲ ਦੇ ਵਿੱਚ ਸੱਚ ਨਹੀਂ ਹੈ। ਔਰ ਬਹਾਨੇ ਅਕਸਰ ਉਸ ਇਨਸਾਨ ਦੇ ਮੂੰਹ ਤੋਂ ਨਿਕਲਦੇ ਹੈ। ਆਫਨਰ ਆਫਨ ਵਰਡ ਤੋਂ ਆਫਨਰ ਬਣਿਆ ਅਕਸਰ ਕੰਟੀਨਿਊਸਲੀ ਫ੍ਰੀਕੁਐਂਟਲੀ بار بار ਉਹ ਇਨਸਾਨ ਆਪਣੀ ਜ਼ੁਬਾਨ ਤੋਂ ਬਹਾਨੇ ਬਣਾਉਂਦੇ ਆਪਣੇ ਆਪ ਨੂੰ ਸੇਫ ਰੱਖਦੇ ਹੋયા ਆਪਣੇ ਉਹਨੇ ਇੱਕ ਡਿਲੀਊਜ਼ਨ ਬਣਾਇਆ ਹੋਇਆ। ਇੱਕ ਬਿਲੀਫ ਬਣਾਇਆ ਜੋ ਕਿ ਗਲਤ ਹੁੰਦਾ ਹੈ ਕਿ ਮੇਰੇ ਕੋਲ ਤਾਂ ਜੀ ਸਮਾਂ ਨਹੀਂ ਹੈ ਜਾਂ ਮੇਰੇ ਕੋਲ ਹੋਰ ਵੀ ਕੋਈ ਬਹਾਨਾ ਹੈ ਔਰ ਚੌਂਦਾ ਕੀ ਹੈ ਵਾਂਟ ਆਫ ਲੇਅਰ ਵਿਲੇ ਰਣ ਦੇ ਬਹਾਨੇ ਲੱਭਦਾ ਲੇਅਰ ਮੀਨਸ ਫ੍ਰੀ ਟਾਈਮ ਹੁੰਦਾ ਪੀਪਲ ਆਰ ਆਲਵੇਸ ਚੀਟਿੰਗ ਥੈਮਸੈਲਵਸ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਹੈ ਵਿਦ ਆਈਡੀਆ ਉਹਨਾਂ ਨੇ ਇੱਕ ਜੋ ਮਨ ਦੇ ਵਿੱਚ ਵਿਸ਼ਵਾਸ ਬਣਾਇਆ ਹੋਇਆ ਹੈ ਥੈਟ ਦੇ ਊਡ ਡੂ ਥਿਸ অর ਥੈਟ ਡਿਜ਼ਾਇਰੇਬਲ ਥਿੰਗ ਇਫ ਓਨਲੀ ਦੇ ਹੈਡ ਟਾਈਮ ਆ ਵੀ ਕਰਾਂਗੇ ਉਹ ਵੀ ਕਰਾਂਗੇ ਬਸ ਗੱਲ ਹੀ ਕੋਈ ਨਹੀਂ ਲੇਕਿਨ ਸਾਡੇ ਕੋਲ ਜਦੋਂ ਟਾਈਮ ਆਏਗਾ ਨਾ ਬਸ ਟਾਈਮ ਆ ਲੈਣ ਦੋ ਇਹ ਗੱਲ ਗਲਤ ਹੈ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਟਾਈਮ ਕੋਈ ਵੀ ਕਿਸੇ ਚੀਜ਼ ਦੇ ਲਈ ਨਾ ਤਾਂ ਇੰਤਜ਼ਾਰ ਕਰਦਾ ਔਰ ਨਾ ਹੀ ਦੱਸੇਗਾ ਤੁਹਾਨੂੰ ਕਿ ਦਿਸ ਇਜ਼ ਦਾ ਰਾਈਟ ਟਾਈਮ ਇਹ ਤੁਹਾਨੂੰ ਖੁਦ ਨੂੰ ਅੱਗੇ ਵਧ ਕੇ ਸ਼ੁਰੂਆਤ ਕਰਨੀ ਪੈਗੀ ਇਟ ਇਜ਼ ਦਸ ਦੈਟ ਦ ਲੇਜੀ ਐਂਡ ਦ ਸੈਲਫਿਸ਼ ਐਕਸਕਿਊਜ਼ दमसेल्व्स फ्रॉम अ थाउजेंड थिंगस विच कंसाइंस डिकटेट्स टू बी डन हेजी और सेल्फिश एक्सक्यूज होंगे सिर्फ अपने वास्ते जो बंदा सोच रहा सेल्फिश है लेजी है, है आलसी है और कंसाइंस मीनस की होंगे एक मोरल uh, एक मॉरल सैंस या एक मॉरल सेंस है ਦੇਦੇ ਵਿੱਚ ਕੀ ਇਨਸਾਨ ਨੂੰ ਪਤਾ ਲੱਗਦਾ ਕਿ ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ ਉੱਥੇ ਪਤਾ ਲੱਗੇ ਕਿ ਸਹੀ ਕੀ ਹੈ ਗਲਤ ਕੀ ਹੈ ਲੇਕਿਨ ਉਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਉਹ ਇਨਸਾਨ ਸਿਰਫ ਲੇਜੀ ਹੁੰਦਾ ਔਰ ਆਪਣੇ ਬਾਰੇ ਹੀ ਸੋਚ ਰਿਹਾ ਰਿਮੈਂਬਰ ਦੈਟ ਦ men who have done the most for their own and the general good are not wealthy ਉਹ ਇਨਸਾਨ ਜੋ ਕਿ ਸਿਰਫ ਆਪਣੇ ਬਾਰੇ ਸੋਚ ਰਿਹਾ ਹੈ ਜਾਂ ਫਿਰ जनरल गुड्स ਦਾ मीनिंग ਹੁੰਦਾ ਐ एक्सप्लेन ਕਰਦੇ ਆਪਾਂ ਆਪ ਨੂੰ ਆਪਣੇ ਹੀ ਸਫਾਈ ਦੇਈ ਜਾ ਰਿਹਾ ਉਹ ਇਨਸਾਨ ਕਦੀ ਵੀ ਵੈਲਥੀ ਨਹੀਂ ਹੋ ਸਕਦਾ ਲੈਜਰਲੀ ਪੀਪਲ ਕਦੀ ਵੀ ਉਹਦੇ ਕੋਲ ਦੌਲਤ ਨਹੀਂ ਆਏਗੀ ਖਾਲੀ ਹੁੰਦੇ ਐ ਲੇਕਿਨ ਕੀ ਬੋਲਦੇ ਐ ਹੂ ਹੈਵ ਅਬੰਡੈਂਸ ਆਫ ਟਾਈਮ ਟੂ ਥੈਮਸੈਲਵਸ ਐਂਡ ਨਥਿੰਗ ਟੂ ਡੂ ਬਹੁਤ ਟਾਈਮ ਹੁੰਦਾ ਲੇਕਿਨ ਕਰਨ ਵਾਸਤੇ ਕੁਝ ਨਹੀਂ ਹੁੰਦਾ ਦੇ ਆਰ ਦਾ men who are in the ceaseless activity from january to december मैन हा एवर प्रेसड विद बिजनस आर ऑलवेज फाउंड कैपेबल ऑफ डूइंग अ लिटिल मोर दूसरी तरफ यह जि इंसान भी होंगे कि जिन्होंने को बिना रुके करने काम होंगे सीजलैस सीज द मीनिंग होंगे रुकना लेकिन इतने सीजलैस मीनस बिना रुके काम कर रहे हैं वो लोग जनवरी टू दिसंबर तुम पूरा साल पर एंड प्रेसड विद बिजनेस आर ऑलवेज फाउंड कैपेबल ऑफ आर डूइंग अ लिटिल मोर और हमेशा कुछ होर वना चाहते हैं ਯੂ ਮੇ ਰਿਲਾਈ ਔਨ ਥੈਮ ਰਿਲਾਈ ਮੀਨਸ ਹੁੰਦਾ ਹੈ ਵਿਸ਼ਵਾਸ ਬਿਲੀਵ ਤੁਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹੋ ਇਨ ਦ ਫੁੱਲੇਸਟ ਸੀਜ਼ਨ ਮਤਲਬ ਆਪਣੀ ਪੂਰੀ ਲਾਈਫ ਇਹੋ ਜਿਹੇ ਬੰਦਿਆਂ ਤੇ ਜੋ ਮਿਹਨਤ ਕਰਦੇ ਹੋ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹੋ ਔਰ ਵਿਦ ਕੰਪੇਅਰ ਕੰਪੈਰੀਜ਼ਨ ਵਿਦ ਦ ਆਈਡਲ ਪਰਸਨ ਇਥੇ ਕੰਪੇਅਰ ਕੀਤਾ ਉਸ ਪਰਸਨ ਤੋਂ ਕਿ ਤੁਸੀਂ ਕਿਹਦੇ ਤੇ ਭਰੋਸਾ ਕਰ ਸਕਦੇ ਆ ਮੋਰ ਅਸ਼ੋਰੈਂਸ ਦੈਨ ਐਨ ਆਈਡਲ ਮੈਨ ਇਕ ਵਿਲੇ ਰਹਿਣ ਵਾਲਾ ਜਿਹੜਾ ਬੰਦਾ ਉਸ ਤੋਂ ਜ਼ਿਆਦਾ 10 ਗੁਣਾ ਤੁਸੀਂ ਉਸ ਬੰਦੇ ਤੇ ਵਿਸ਼ਵਾਸ ਕਰ ਸਕਦੇ ਆ ਜੋ ਕਿ ਮਿਹਨਤ ਕਰਦਾ ਹੈ ਹਰ ਟਾਈਮ ਸੋ ਸੀ தி ਕੁਐਸਚਨ ਹੁਣ ਇਹ ਪੈਰਾਗ੍ਰਾਫ ਤਾਂ ਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਇੱਕ ਇੱਕ ਲਾਈਨ ਨੂੰ ਅਸੀਂ ਇਹਨੂੰ ਪੜ ਲਿਆ ਕੁਝ ਵਰਡਸ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਦੇਖੀਏ ਦੁਬਾਰਾ ਆਈਡਲਨੈਸ ਦਾ ਮਤਲਬ ਹੁੰਦਾ ਹੈ ਵਿਲੇ ਰਹਿਣਾ लाइफ सीड इत लाइफ के काम कर समय दे प्रीशियस मीनस होंगे बहुत ज़्यादा कीमती कॉस्टली इंडस्ट्री का मीनिंग इतने मेहनत है और सैल्फ डिलूजन का मीनिंग है हैगी आपू जो एक बिलीव बनाया मिस बिलीव विच इज़ नॉट ट्रू लेजर मीनस फ्री टाइम एंड एक्सक्यूज मीनस टू प्रिटेंड बहाना मारना कंसाइंस मीनस द सेंस टू नो वट इज रॉ राइट एंड वट इज रोंग अबंडस ऑफ टाइम मीन्स लॉटस ऑफ टाइम एंड अश्योरेंस मीन्स मोर अश्योरेंस मोर बिलव अ भरोसा कर सकते हैं रिलाई विश्वास बिलीव एंडलैस सीजलैस मीन्स कॉन्टिन्यूअसली विदाउट एनी स्टॉप एंड जनवरी टू दिसंबर मीन द होल टाइम यही कुछ डिफिकल्ट वर्ड सी ਅਗਰ ਇਹ ਚੀਜ਼ ਸਮਝ ਆ ਜਾਂਦੀ ਏ ਤੇ ਫਿਰ ਉਸ ਤੋਂ ਬਾਅਦ ਕੁਐਸਚਨ ਕਰਨਾ ਬਹੁਤ ਹੀ ਆਸਾਨ ਹੋ ਜਾਂਦਾ ਹੈ ਤਾਂ ਹੁਣ ਫਰਸਟ ਕੁਐਸਚਨ ਦੇਖਿਏ ਲਾਸਟ ਹੈਲਥ ਕੈਨ ਬੀ ਰਿਪਲੇਸਡ ਬਾਈ ਅਗਰ ਸਿਹਤ ਚਲੀ ਜਾਂਦੀ ਏ ਤੇ ਫਿਰ ਉਹਦਾ ਰਿਪਲੇਸਮੈਂਟ ਕੀ ਹੋਏਗੀ ਅਸੀਂ ਕਿਸ ਤਰੀਕੇ ਨਾਲ ਉਹਨੂੰ ਕਵਰ ਕਰ ਸਕਦੇ ਆ ਮਾਰਨਿੰਗ ਵਾਕ ਨਾਲ ਰਾਤ ਨੂੰ ਅੱਛੀ ਨੀਂਦ ਲੈ ਕੇ ਮੈਡੀਸਨ ਲੈ ਕੇ ਜਾਂ ਫਿਰ ਗ੍ਰੀਨ ਵੇਜੀਟੇਬਲ ਤੇ ਪੈਰਾਗ੍ਰਾਫ ਦੇ ਵਿੱਚ ਜੋ ਸਾਨੂੰ ਗੱਲ ਦੱਸੀ ਗਈ ਹੈ ਉਹ ਹੈ ਸੀ ਆਨਸਰ टैम्परेंस और मैडीसन ट्रीटमेंट लैसते हैं मेडिसन लैसते हैं हम सेकेंड क्वेश्चन देखिए हु हैव डन द मोस्ट फॉर जनरल गुड वेल्दी पीपल लेजरली पीपल जनरल गुड मीनस इत मीनिंग है लर्नरस वास्ते या अपनी एक्सपलेनेशन देते ऑप्शनस है वेल्दी पीपल लेजरली पीपल ਐਂਡ ਥਰਡ অপਸ਼ਨ ਇਜ਼ ਪੀਪਲ ਆਫ ਸੀਜ਼ ਐਕਟੀਵਿਟੀ ਪੀਪਲ ਆਫ ਹਾਈ ਬਰਥ ਤੇ ਇਹਦੇ ਵਿੱਚ ਜੋ ਅਸੀਂ ਪੈਰਾ ਦੇ ਵਿੱਚ ਪੜਿਆ ਸੀਗਾ ਕਿ ਉਹ ਇਨਸਾਨ ਜੋ ਸਿਰਫ ਆਪਣੇ ਸੈਲਫ ਐਕਸਪਲੇਨੇਸ਼ਨ ਦਿੰਦਾ ਹੈ ਜਾਂ ਆਪਣੇ ਬਾਰੇ ਹੀ ਕੰਮ ਕਰਦਾ ਹੈ ਤੇ ਫਿਰ ਉਹ ਕੀ ਦੇ ਆਰ ਨਾਟ ਵੈਲਥੀ ਲੇਜਰਰੀ ਪੀਪਲ ਉਹ ਵੈਲੇ ਰਹਿਣ ਦੇ ਆਦੀ ਹੋ ਗਏ ਹੁੰਦੇ ਆ ਉਹ ਅਮੀਰ ਨਹੀਂ ਹੁੰਦੇ ਆ ਔਰ ਇਹਦੇ ਵਿੱਚ ਅਨਸਰਸ ਨੂੰ देखिए अगर द सी आंसर इज द अप्रोप्रिएट पीपल ऑफ सीज एक्टिविटी सीज एक्टिविटी मीनस ना दे बराबर काम करने वाले जो कोई भी काम करके राजी नहीं है पीपल ऑफ सीज़ एक्टिविटी इज द राइट आंसर और सीजलेस एक्टिविटी करने वाले कौन होंगे बिना रुके वह मेहनती इंसान होंगे बट एक्सक्यूज डू पीपल जनरली गिव फॉर निगलैक्ट ऑफ ड्यूटी ਵਟ ਐਕਸਕਿਊਜ਼ ਟੂ ਪੀਪਲ ਕਿਵੇਂ ਦੇ ਬਹਾਨੇ ਲੋਕ ਬਣਾਉਂਦੇ ਆ ਫॉर ਨੈਗਲੈਕਟ ਆਫ ਡਿਊਟੀ ਕਿ ਆਪਣੀ ਡਿਊਟੀ ਤੋਂ ਲਾਪਰਵਾਹੀ ਵਰਤਨ ਵਾਸਤੇ ਤਾਂ ਤੁਸੀਂ ਉਸ ਪੈਸੇਜ ਦੇ ਵਿੱਚ ਦੇਖ ਸਕਦੇ ਆ ਸੀ ਦ ਲਾਈਨ ਆਫ ਪੈਸੇਜ ਇਨ ਦ ਲੌਂਗ ਲਿਸਟ ਆਫ ਐਕਸਕਿਊਜ਼ਸ ਫॉर ਨੈਗਲੈਕਟ ਆਫ ਡਿਊਟੀ ਤੇ ਇੱਕ ਲੰਬੀ ਲਿਸਟ ਦੇ ਬਹਾਨੇ ਉਹਨਾਂ ਦੇ ਕੋਲ ਹੁੰਦੇ ਆ ਆਪਣੀ ਡਿਊਟੀ ਨੂੰ ਇਗਨੋਰ ਕਰਨ ਵਾਸਤੇ ਇਸ ਲਾਈਨ ਨੂੰ ਤੁਸੀਂ ਆਪਣੇ ਆਨਸਰ ਦੇ ਲਈ ਕਨਸਿਡਰ ਕਰ ਸਕਦੇ ਆ ਜਦੋਂ ਵੀ ਕਿਤੇ ਕੋਈ ਆਨਸਰ ਲਿਖਣਾ ਐ ਐਗਜੈਕਟੋ ਲਾਈਨ ਨਹੀਂ ਲਿਖਣੀ ਆਪਣੇ ਵਰਡਸ ਦੇ ਵਿੱਚ ਤੁਸੀਂ ਉਸ ਆਨਸਰ ਨੂੰ ਦੇ ਸਕਦੇ ਆ ਨਾਓ ਸੀ ਦਿ ਨੈਕਸਟ ਕੁਐਸਚਨ ਐਕਸਪਲੇਨ ਦਿ ਐਕਸਪ੍ਰੈਸ਼ਨ ਲਾਈਫਸ ਆਟਮ ਲਾਈਫਸ ਆਟਮ ਜ਼ਿੰਦਗੀ ਦੇ ਪੱਤ ਚੜਤੋ ਕੀ ਪਾਵ ਹੈ ਫਿਰ ਤੁਸੀਂ ਲਿਖ ਲਿਖ ਸਕਦੇ ਆ ਲਾਈਫਸ ਆਟਮ ਮੀਨਸ ਦ ਲਾਸਟ ইਅਰਸ ਆਫ ਲਾਈਫ जिंदगी आखिरी साल या द लास्ट टाइम ऑफ लाइफ इस करके इतम वर्ड यूज किया सो द आंसर विल बी द लेटर ईयरस ऑफ लाइफ सी देयर इज वन लाइन गिवन एंड देयर इज अ ब्लैंक इसी इस ब्लैंक न फिल करना है। لیکن اس بلینک نو فل کرن ਤੋਂ پہلے اس لائن ਦਾ میننگ کلیئر ਹੋਣਾ ਬਹੁਤ ਜ਼ਰੂਰੀ ਹੈ اور ਇਸ ਬਹੁਤ ਹੀ ਆਸਾਨ ਇਹਦੇ ਵਿੱਚ ਕਿਉਂ ਹੁੰਦਾ ਕਿਉਂਕਿ ਕਲੂ ਸਾਡੇ ਪੈਰਾਗ੍ਰਾਫ ਦੇ ਵਿੱਚ ਹੀ ਹੋਏਗਾ ਇਸ ورڈ ਨੂੰ ਜੋ ਫਿਲ ਕਰਨਾ ਹੈ ਉਹ ਸਾਨੂੰ ਪੈਰਾਗ੍ਰਾਫ ਦੇ ਵਿੱਚੋਂ ਹੀ ਲੈਣਾ ਹੁੰਦਾ ਤੇ ਆਸਾਨ ਹੈ ਉਹ ਵਰਡਸ ਜੋ ਇੱਥੇ ਦਿੱਤੇ ਹਨ ਉਹਨਾਂ ਨੂੰ ਅਸੀਂ ਇੱਥੇ ਫਿਟ ਕਰਕੇ ਦੇਖ ਸਕਦੇ ਹਾਂ ਕਿ ਕਿਹੜਾ ਵਰਡ ਇੱਥੇ ਫਿਟ ਹੋਣਾ ਹੈ ਤੇ ਹੁਣ ਤੁਸੀਂ ਪੈਰਾਗ੍ਰਾਫ ਦੇ ਵਿੱਚ ਨਜ਼ਰ ਮਾਰੋ ਔਰ ਉਸ ਤੋਂ ਪਹਿਲੇ ਇਸ ਦਾ ਲਾਈਨ ਦਾ मीनिंग ਸਮਝ ਲਓ ਕਿ ਵੀ ਸ਼ੁੱਡ ਨਾਟ ਡੈਸ਼ ਔਨ ਅਦਰਸ ਫॉर ਹੈਲਪ ਵੈਨੈਵਰ ਵੀ ਆਰ ਇਨ ਟ੍ਰਬਲ ਜਦੋਂ ਅਸੀਂ ਮੁਸੀਬਤ ਦੇ ਵਿੱਚ ਹੁੰਨੇ ਆ ਤੇ ਫਿਰ ਅਸੀਂ ਦੂਸਰਿਆਂ ਦੇ ਕੀ ਨਹੀਂ ਕਰ ਸਕਦੇ ਹੈਲਪ ਵਾਸਤੇ ਕੀ ਨਹੀਂ ਮਦਦ ਵਾਸਤੇ ਕੀ ਨਹੀਂ ਕਰ ਸਕਦੇ ਆ ਤੇ ਫਿਰ ਇੱਕ ਬਾਅਦ ਲੈਟਸ ਸੀ ਦਾ ਪਾਸੇਜ ਵਾਂਸ ਅਗੇਨ ਆਰ ਸਟਾਰਟਿੰਗ ਥ्रू ਤੁਸੀਂ ਉਸ ਪਾਸੇਜ ਨੂੰ ਰੀਡ ਕਰਕੇ ਦੇਖ ਸਕਦੇ ਕਿਹੜੇ ਵਰਡ ਅਸੀਂ ਕੀ ਨਹੀਂ ਕਰ ਸਕਦੇ ਕਿਸੇ ਦੂਸਰੇ ਇਨਸਾਨ ਦੇ ਉੱਪਰ ਇਹਦੇ ਵਿੱਚੋਂ ਉਸ ਆ ਵਰਡ ਨੂੰ ਫਾਈਂਡ ਕਰਨਾ ਹੈ ਹੈਬਿਟ ਆਫ ਆਈਡਲਨੈਸ ਵਾਂਸ ਫਰਮਲੀ ਫਰਮਲੀ ਵਰਡ ਵੀ ਨਹੀਂ ਆਏਗਾ ਫਿਕਸਡ ਕੈਨ ਨਾਟ ਬੀ ਸਡਨਲੀ ਆਫ ਕੋਈ ਵਰਡ ਇਹਦੇ ਵਿੱਚ ਨਹੀਂ ਲੱਗਦਾ ਪਿਆ ਦਾ ਮੈਨ ਹੂ ਹੈਜ਼ ਵੇਸਟਡ ਅਗਰ ਉਸ ਲਾਈਨ ਦੇ ਵਿੱਚ ਵੇਸਟਡ ਨਹੀਂ ਵੇਸਟ ਤਾਂ ਨਹੀਂ ਹੋਏਗਾ ਅਸੀਂ ਦੂਸਰਿਆਂ ਦੇ ਲਈ ਵੇਸਟ ਥੋੜੀ ਕਰਨਾ ਹੈ ਟਾਈਮ ਪ੍ਰੀਸ਼ੀਅਸ ਵੀ ਵਰਡ ਉੱਥੇ ਸੂਟੇਬਲ ਨਹੀਂ ਆ ਰਿਹਾ ਤੁਸੀਂ ਇਹਦੇ ਵਿੱਚੋਂ ਵਰਡ ਦੇਖ ਸਕਦੇ ਆ ਹਾਰਵੈਸਟ ਰੀਪ ਆਟਮ ਵੈਲਥ ਲਾਸਟ ਰਿਪਲੇਸਡ ਵੀ ਨਹੀਂ ਇੰਡਸਟਰੀ ਲਾਸਟ ਨੋਲੇਜ ਸਟਡੀ ਹੈਲਥ ਟੈਂਪਰੈਂਸ ਮੈਡੀਸਨ ਐਂਡ ਐਕਸਕਿਊਜ਼ਸ ਨੈਗਲੈਕਟ ਜਿਹੜੇ ਵਰਡ ਆ ਰਹੇ ਆ ਸਾਰਿਆਂ ਨੂੰ ਡ੍ਰੌਪਸ ਆਫ ਫਾਊਂਡਡ ਨੋ ਵਾਂਟ ਲੇਅਰ ਚੀਟਿੰਗ ਚੀਟਿੰਗ ਦੈਮਸੈਲਫ ਨਹੀਂ ਅਸੀਂ ਦੂਸਰਿਆਂ ਨੂੰ ਚੀਟਿੰਗ ਥੋੜੀ ਕਰਨੀ ਹੈ ਫਿਰ ਉਸ ਤੋਂ ਬਾਅਦ ਸਾਰੇ ਵਰਡ ਦੇਖਨੇ ਆ ਲੇਜੀ ਸੈਲਫਿਸ਼ ਰਿਮੈਂਬਰ ਕੰਸਾਈਨਸ ਵੈਲਦੀ ਗੁੱਡ ਨੋ ਇਹ ਵੀ ਨਹੀਂ ਆਣਾ ਅਬੰਡੈਂਸ ਸੀਜ਼ਲੈਸ ਐਕਟੀਵਿਟੀ January, December, business, capable भी word नहीं है, doing, rely, yes, here we found the word. You may rely on them. Rely means परोसा। ऐसी किस्सते परोसा नहीं कर सकते अगर ऐसी मुसीबत विचार। So the rely word is the right word which we can fill in that blank. और अगे देख लो अगर इस तो होर अप्रोप्रिएट है फुलेस्ट सीजन टेन नो कोई भी एश्योरेंस कुछ भी नहीं रिलाय वर्ड इज़ द राइट वर्ड सो सी यू कैन फिल द वर्ड रिलाय हेयर नाउ मैच द वर्ड्स वर्ड्स दते हैं और सामने मीनिंग दिते हैं अबंडेंस जो असी पढ़िया बहुत सारा प्लेंटी ऑफ टाइम सो द रईट आंसर इज पलेंटी and ceaseless bina ruki means continuous so this was your passage aur sidde marks hunde hai beta ek bar passage samajh aa gaya te fir tano koi bhi problem nahi aa sakdi hai is karke sab to pehle is unseen passage nu attempt karan waste paragraph da meaning samajhna bahut zaruri hai ਠੀਕ ਹੈ ਉਹਨੂੰ ਇੱਕ ਵਾਰੀ ਰੀਡ ਕਰੋ ਦੋ ਵਾਰੀ ਰੀਡ ਕਰੋ ਉਹਨੂੰ ਬਾਰ ਬਾਰ ਰੀਡ ਕਰਨ ਤੋਂ ਬਾਅਦ ਤੁਸੀਂ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਜੋ ਸਮਝ ਆਇਆ ਫਿਰ ਕੁਐਸਚਨਸ ਵੱਲ ਜਾਓ ਕੁਐਸਚਨਸ ਤੋਂ ਬਾਅਦ ਫਿਰ ਅਗਰ ਕਿਤੇ ਕੋਈ ਵਰਡਿੰਗ ਤਾਂ ਉਹਨੂੰ ਲੱਗਦੀ ਹੈ ਕਿ ਨਹੀਂ ਸਮਝ ਆਈ ਫਿਰ ਪੈਰਾਗ੍ਰਾਫ ਤੇ ਜਾਓ ਤੇ ਬਾਰ ਬਾਰ ਉਹਨੂੰ ਟਰਾਈ ਕਰਕੇ ਅਸੀਂ ਇਸ ਪੈਸੇਜ ਦੇ ਆਨਸਰ ਦਿੰਦੇ ਹਾਂ ਸਾਰੇ ਆਨਸਰ ਤੁਸੀਂ ਦੇਖ ਲਏ ਥੈਂਕ ਯੂ ਸੋ ਮੱਚ